ਚਲੋ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਅੱਜ 15 ਨਵੰਬਰ ਦਿਨ ਸ਼ੁੱਕਰਵਾਰ ਸਵੇਰ ਦੇ 7:50 'ਤੇ ਮਿਊਂਸਪਲ ਪਾਰਕ ਕੋਟਕਪੂਰਾ 'ਚ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਓ ਜੀ, ਸਾਹਿਤਕ ਮਹਿਫਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪ੍ਰੋਫੈਸਰ ਐਚ ਐਸ ਪਦਮ ਤੋਂ। ਪਦਮ ਜੀ, ਕੀ ਲੈ ਗਿਆ? ਸ਼ੇਕਸਪੀਅਰ ਨੇ ਕਿਹਾ ਹੈ, ਪਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਕੀ ਰਾਏ ਜੀ, ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਬਾਰੇ ਆਪ ਕੀ ਰਾਏ। ਸਿਰੇ ਲਾਤਾ। ਜੀਵਨ ਕੇ ਪ੍ਰਤੀ ਜਿਸ ਵਿਅਕਤੀ ਕੇ ਪਾਸ ਸਭਸੇ ਕਮ ਸ਼ਿਕਾਇਤੇ ਹੈ ਵੋ ਸਭਸੇ ਅਧਿਕ ਸੁਖੀ ਹੈ। ਬਿਲਕੁਲ ਸਹੀ, ਬਿਲਕੁਲ। ਕਿਸੇ ਨੂੰ ਸਭ ਸਿਖਾਉਣ ਦੀ ਜਿੱਦ ਨਾ ਕਰੋ, ਕੋਈ ਨਹੀਂ ਸਿੱਖਦਾ ਕਿਉਂਕਿ ਸਭ ਸਿਖਾਏ ਨਹੀਂ ਸਿੱਖੇ ਜਾਂਦੇ ਹਨ। ਕੁਛ ਰਿਸ਼ਤੇ ਖੂਨ ਕੇ ਹੋਤੇ ਹੈ, ਕੁਛ ਰਿਸ਼ਤੇ ਪੈਸੇ ਕੇ ਹੋਤੇ ਹੈ, ਜੋ ਲੋਕ ਬਿਨਾਂ ਰਿਸ਼ਤੇ ਕੇ ਹੀ ਰਿਸ਼ਤੇ ਨਿਭਾਤੇ ਹੈ, ਸ਼ਾਇਦ ਵਹੀ ਫ੍ਰੈਂਡ ਕਹਿਲਾਤੇ ਹੈ। ਬਿਲਕੁਲ ਸਹੀ। ਹਮੇਸ਼ਾ ਅਤੀਤ ਬਾਰੇ ਸੋਚਦੇ ਰਹਿਣਾ ਯਾਦ ਸ਼ਕਤੀ ਦੀ ਦੁਰਵਰਤੋਂ ਹੈ। ਵਾਹ ਜੀ ਵਾਹ, ਕੀ ਬਾਤ। ਗੁੱਡ ਮਾਰਨਿੰਗ। ਸੁਖਮਨੀ ਸਾਹਿਬ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੇ ਤਿੰਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੂਰ ਵਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਆਲ, ਉਨਕੀ ਸੇਵਾ ਸੋਈ ਲਾਗੇ, ਜਿਸਨੋਂ ਕਿਰਪਾ ਕਰੇ ਬੜਭਾਗੇ, ਨਾਮ ਜਪਤ ਪਾਵੇ ਵਿਸ਼ਰਾਮ, ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾ। ਵਾਹ ਜੀ ਵਾਹ। ਪਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਕੀ ਰਾਏ ਹੈ, ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੀ ਆਪ ਬਾਰੇ ਕੀ ਰਾਏ ਹੈ। ਵਾਹ ਜੀ ਵਾਹ, ਕਿਆ ਬਾਤ, ਕਿਆ ਬਾਤ। ਅਖੰਡ ਪਾਠ ਪਿੱਛੋਂ ਡੀਜੇ ਨਹੀਂ ਲਾਈਦੇ, ਨੰਗੇ ਸਿਰ ਗੁਰੂ ਘਰ ਨਹੀਂ ਜਾਈਦਾ। ਇਸ ਗੱਲ ਦਾ ਹੰਕਾਰ ਕਦੇ ਨਾ ਕਰੋ, ਮੈਨੂੰ ਕਦੇ ਕਿਸੇ ਦੀ ਲੋੜ ਨਹੀਂ ਪਵੇਗੀ, ਅਤੇ ਇਹ ਵੀ ਵਹਿਮ ਨਾ ਰੱਖੋ ਕਿ ਸਾਰਿਆਂ ਨੂੰ ਮੇਰੀ ਲੋੜ ਪੈਣੀ। ਬਿਲਕੁਲ ਸਹੀ, ਬਿਲਕੁਲ ਸਹੀ। ਜਿੰਨਾ ਉੱਪਰ ਜ਼ਿੰਮੇਦਾਰੀਆਂ ਦਾ ਬੋਝ ਹੁੰਦਾ ਹੈ, ਉਹਨਾਂ ਕੋਲ ਰੁੱਸਣ ਅਤੇ ਥੱਕਣ ਦਾ ਵਕਤ ਨਹੀਂ ਹੁੰਦਾ। ਵੱਡੇ ਆਗੂ ਆਪਣੀ ਬਰਬਾਦੀ ਵਿੱਚ ਸਾਰੀ ਕੌਮ ਨੂੰ ਰਲਾ ਲੈਂਦੇ ਹਨ। ਬਿਲਕੁਲ ਸਹੀ, ਬਿਲਕੁਲ ਸਹੀ। ਕੁਛ ਤਾਂ ਬੋਲੋ। ਬਸ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਕੂਏ ਮੇਂ ਸ਼ੇਖ ਫਰੀਦ ਨੇ ਕੈਸੀ ਮਿੱਠੀ ਬੋਲੀ ਭਾਸ਼ਾ, ਤੁਮ ਚੁਨ ਚੁਨ ਕਾਗਾ ਖਾ ਲਿਓ, ਮੇਰੀ ਹੱਡੀਓਂ ਪਰ ਕਾ ਮਾਸਾ, ਮੇਰੇ ਦੋ ਨੈਣਾ ਮਤ ਛੋੜਨਾ, ਮੋਹੇ ਰਾਮ ਮਿਲਣ ਕੀ ਆਸਾ। ਜਮਾਨੇ ਸੇ ਸ਼ਿਕਾਇਤ ਨਾ ਕਰੋ, ਬਲਕੇ ਖੁਦ ਕੋ ਬਦਲੋ, ਕਿਉਂਕਿ ਪਾਪ ਕੋ ਗੰਦਗੀ ਸੇ ਬਚਾਨੇ ਕਾ ਤਰੀਕਾ ਜੂਤਾ ਪਹਿਣਾ, ਨਾ ਕਿ ਸਾਰੇ ਸ਼ਹਿਰ ਮੇਂ ਕਲੀਨ ਬਚਾਨਾ। ਰੱਬ ਨੂੰ ਮੰਦਰ ਮਸੀਤਾਂ ਵਿੱਚ ਨਾ ਲੱਭੋ ਜੀ, ਉਸਦੀ ਬਣਾਈ ਕੁਦਰਤ ਨੂੰ ਗੌਰ ਨਾਲ ਦੇਖੋ, ਤੁਹਾਨੂੰ ਹਰ ਜਗ੍ਹਾ ਪਰਮਾਤਮਾ ਹੀ ਦਿਸੇਗਾ। ਬਿਲਕੁਲ ਸਹੀ। ਇਕੱਠਾ ਕਰ ਦੁਨੀਆ ਕਾ ਜਰ, ਜੋ ਦੁਨੀਆ ਕੇ ਬਾਲੀ ਤੇ ਸਿਕੰਦਰ ਜਬ ਚਲਾ, ਉਸਕੇ ਦੋਨੋਂ ਹੱਥ ਖਾਲੀ ਖਾਲੀ ਤੇ। ਕਿਆ ਬਾਤ ਹੈ, ਕਿਆ ਬਾਤ। ਬਚਪਨ ਮੇਂ ਸਭਸੇ ਅਧਿਕ ਪੁੱਛਾ ਗਿਆ ਇੱਕ ਸਵਾਲ, ਕਿ ਬੜੇ ਹੁਕਰ ਕਿਆ ਬਣਨਾ ਹੈ, ਅਬ ਜਾ ਕਰ ਉਸਕਾ ਸਹੀ ਜਵਾਬ ਮਿਲਾ, ਕਿ ਫਿਰ ਸੇ ਵਹੀ ਛੋਟਾ ਬੱਚਾ ਬਣਨਾ ਹੈ। ਕਿੰਨੀ ਡੂੰਘੀ ਗੱਲ ਹੈ। ਲਓ ਜੀ, ਜਿੰਨਾ ਜਿੰਨਾ ਵੀਰਾਂ ਨੇ ਅੱਜ ਦੀ ਸਾਹਿਤਕ ਮਹਿਫਲ 'ਚ ਹਿੱਸਾ ਲਿਆ, ਉਹਨਾਂ ਸਾਰਿਆਂ ਦੇ ਚੰਗੇਰੇ ਭਵਿੱਖ ਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭਕਾਮਨਾਵਾਂ, ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ। ਮੈਂ ਗੁਰਿੰਦਰ ਸਿੰਘ।